ਮੇਰੀ ਫਸਟ ਰੈਂਪ ਵਾਕ ਹੋਣ ਜਾਣੀ ਆ ਤੇ ਮੈਂ ਬਹੁਤ ਜ਼ਿਆਦਾ ਐਕਸਾਈਟਡ ਆ ਤੇ ਐਜ਼ ਅ ਸ਼ੋਅ ਸਟਾਪਰ ਮੈਂ ਜਾਣਾ ਆ ਵਿਦ ਨੀਰੂ ਬਾਜਵਾ। ਸੁਖਜੀਤ ਦੀਦੀ ਦੇ ਡਿਜ਼ਾਈਨ ਅਸੀਂ ਪਾ ਰਹੇ ਹਾਂ ਐਂਡ ਆਈ ਐਮ ਵੈਰੀ ਵੈਰੀ ਐਕਸਾਈਟਡ। ਸੋ ਹੁਣ ਮੈਂ ਚੱਲੀ ਹਾਂ, ਸਭ ਤੋਂ ਪਹਿਲਾਂ ਮੈਂ ਹੀ ਤਿਆਰ ਹੋਣਾ। ਅੱਜ ਹੈ ਰਾਤ ਨੂੰ ਆ ਸ਼ੋਅ ਈਵੈਂਟ, ਬਟ ਸਵੇਰੇ ਆ, ਹੁਣ ਵੱਜ ਕੇ 9, ਮੈਂ ਹੁਣੇ ਤਿਆਰ ਹੋਣ ਜਾ ਰਹੀ ਹਾਂ ਅਤੇ ਸਾਰਾ ਦਿਨ ਪਤਾ ਨਹੀਂ ਕੀ ਕਰਨਾ ਆ। ਅਤੇ ਇਹਦੇ ਮਾਮਾ, ਹੈਲੋ ਮਾਮਾ, ਹੈਲੋ ਬੇਟਾ। ਸੋ ਆਹ ਸਾਰੇ ਖਾਣੇ ਦੀ ਤਿਆਰੀ ਹੋਈ ਆ, ਜਿਹੜਾ ਮੈਂ ਇੱਕ ਤਾਂ ਪੋਹਾ ਲੈ ਕੇ ਚੱਲੀ ਹਾਂ, ਮੰਮਾ ਨੇ ਪਪਾਇਆ ਕੱਟਤਾ ਪਰ ਮੈਂ ਇੰਨਾ ਫੂਡ ਲੈ ਕੇ ਨਹੀਂ ਜਾ ਸਕਦੀ, ਐਂਡ ਮਾਈ ਕਾਫੀ ਇਜ਼ ਮਸਟ। ਬਾਕੀ ਮੇਰਾ ਬੈਗ ਪੈਕ ਆ, ਇਹਦੇ 'ਚ ਮੇਰਾ ਬਹੁਤ ਜ਼ਿਆਦਾ ਸਮਾਨ ਆ, ਅੱਜ ਸਾਰਾ ਦਿਨ ਮੈਂ ਸੋਚਿਆ ਮੈਨੂੰ ਲੋੜ ਪੈ ਸਕਦੀ ਆ। ਆਲ ਦ ਬੈਸਟ, ਥੈਂਕ ਯੂ। ਮੈਂ ਆ ਗਈ ਸੀਗੀ ਇਨਫਰੈਂਸ ਫੈਸ਼ਨ ਬੁਟੀਕ ਐਂਡ ਇੱਥੇ ਚੰਡੀਗੜ੍ਹ ਇਹ ਕਰਨ ਗਿਆ ਸੀ ਮੇਰਾ ਮੇਕਅਪ, ਪੂਰਾ ਵਿਆਹ ਵਰਗਾ ਮਾਹੌਲ ਆ ਨਹੀਂ। ਹੁਣ ਮੈਂ ਆਪਣਾ ਮੇਕਅਪ ਦੇਖਣ ਜਾ ਰਹੀ ਹਾਂ, ਆਈ ਐਮ ਵੈਰੀ ਐਕਸਾਈਟਡ। ਵਾਓ, ਆਈ ਲਵ ਮਾਈ ਆਈਜ਼, ਯਾਰ ਤੁਹਾਡਾ ਮੇਕਅਪ ਸੱਚੀ ਵਾਓ। ਹੈਲੋ ਹੈਲੋ, ਹਜੇ ਤੱਕ ਤੁਹਾਡੀ ਵਾਰੀ ਆਈ ਨੀ। ਯੂ ਲੁੱਕ ਗੁੱਡ, ਸਵੀਟ ਸਵੀਟ ਇਹਨਾਂ ਕਾਰਨ ਮੇਕਅਪ, ਤੁਸੀਂ ਦੋਨੋਂ ਪਤਾ ਸਿਸਟਰਸ ਲੱਗ ਰਹੇ ਹੋ ਹਾਂ। ਤੇ ਵਿਆਹ ਵਾਲਾ ਮਾਹੌਲ ਬਣਿਆ ਪਿਆ ਸਾਰਿਆਂ ਦਾ, ਪਕੌੜੇ ਆ ਰਹੇ ਨੇ, ਚਾਹ ਪਈ ਹੈ, ਮੈਂ ਚਾਹ ਚ ਪਾਣੀ ਪਾਤਾ। ਅੱਗੇ ਪਕੌੜ ਫੜੋ ਫੜੋ ਫੜੋ, ਪਨੀਰ ਪਕੌੜੇ ਨੇ ਅੰਦਰ ਨੂੰ ਬੁਲਾਉਣਾ ਪਊਗਾ। ਜਾਦੂ ਚਲਾਤਾ ਆ ਲੁੱਕ ਮੈਂ ਮੇਕਅਪ, ਮੈਂ ਬਹੁਤ ਜ਼ਿਆਦਾ ਲੱਕੀ ਫੀਲ ਕਰ ਰਹੀ ਹਾਂ ਕਿ ਆਪਣੇ ਫਸਟ ਰੈਂਪ ਵਾਕ ਤੇ ਮੈਂ ਤੁਹਾਡੇ ਤੋਂ ਮੇਕਅਪ ਕਰਵਾਇਆ ਆ। ਐਂਡ ਯੂ ਆਰ ਵੈਰੀ ਸਵੀਟ ਐਜ਼ ਅ ਪਰਸਨ ਬਹੁਤ ਸੋਹਣਾ ਮੇਕਅਪ ਮੈਂ ਦੇਖਿਆ ਉਹਨਾਂ ਦਾ ਕੀਤਾ ਤੁਸੀਂ, ਨਾਈਸ। ਇਹ ਕੁੜੀ ਰੀਝਾਂ ਲਾ ਦਿੰਦੀ ਆ। ਕਿਉਂ, ਸਭ ਕੁਛ ਤਾਂ ਹੋ ਜਾਂਦਾ ਵਧੀਆ। ਨਹੀਂ ਨਹੀਂ, ਸਟ੍ਰੈਸ ਨਾ ਲਓ ਤੁਸੀਂ, ਆਪਾਂ ਧੂਮਾਂ ਪਾ ਦੇਣੀਆਂ ਸਾਰਿਆਂ ਨੇ। ਸਾਰੇ ਇੱਕ ਦੂਜੇ ਨੂੰ ਸਪੋਰਟ ਕਰਨ ਵਾਲੇ ਹਨਾ, ਸਾਰੇ ਇਕੱਠੇ ਹੋਏ ਆ ਤੇ ਉੱਥੇ ਵਧੀਆ ਹੀ ਹੁੰਦਾ। ਬੈਸਟ ਥਿੰਗ ਅਸੀਂ ਮੈਲਬਨ ਦੇ ਵਿੱਚ ਅੱਜ ਕਰਨ ਲੱਗੇ। ਰਾਈਟ, ਬਿਲਕੁਲ, ਹਾਂ ਐਗਜੈਕਟਲੀ, ਬਹੁਤ ਜ਼ਿਆਦਾ ਵਧੀਆ ਲੱਗ ਰਿਹਾ।
ਚਲੋ ਹੁਣ ਜੁਐਲਰੀ ਵਾਲੇ ਭਾਈ ਇੱਕ ਮੈਨੂੰ ਨੱਥ ਦੇ ਦੋ ਆਪਣਾ, ਤੁਸੀਂ ਜਿਹੜਾ ਖਲਾਰਾ ਪਾ ਕੇ ਬੈਠੇ ਹੋ, ਇੱਕ ਮੁਝੇ ਨੱਥ ਦੇ ਦੋ ਔਰ ਤੀਨ ਮੁਝੇ ਰਿੰਗਸ ਦੇ ਦੋ, ਮੁੰਦਰੀ ਦੇ ਦੋ। ਆਪਕੋ ਪਤਲੀ ਚਾਹੀਏ ਨਾ? ਹਾਂ ਬਿਲਕੁਲ ਪਤਲੀ। ਆਈ ਨੋ ਯੂ ਲਾਈਕ ਪਤਲੀ ਪਤਲੀ। ਹਾਂ ਸੋ ਹੁਣ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਉੱਥੇ ਵੀ ਸਟੇਅਰਸ ਤੋਂ ਉੱਤਰਨ ਦਾ ਨਾ। ਇਹ ਵਿੱਚ ਆ ਗਏ ਨੇ। ਠੀਕ ਹੈ ਫੋਸ ਦੇ ਕੇ। ਓਕੇ ਡੀਅਰਸ, ਵਾਓ ਬਹੁਤ ਸੋਹਣੇ ਲੱਗ ਰਹੇ ਹੋ, ਬਹੁਤ ਸੋਹਣੇ ਲੱਗ ਰਹੇ ਹੋ। ਹਾਂਜੀ ਅੱਗੇ ਰੈਡੀ ਪ੍ਰੀਟੀ ਪ੍ਰੀਟੀ ਗਰਲ, ਬਹੁਤ ਹੀ ਸੋਹਣੇ ਲੱਗ ਰਹੇ ਹੋ। ਹਾਂ 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 ਸ਼ੋਰ 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 ਲੈ 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 ਆ ਜਾਓ ਜੀ। ਆਈ ਲਵ ਯੂਰ ਡਰੈਸ, ਵਾਓ ਯਾਰ ਇਹ ਕਲਰ ਕੰਬੀਨੇਸ਼ਨ ਹੀ ਕਿੰਨਾ ਸੋਹਣਾ। ਓਕੇ ਆ ਜਾਓ, ਨਾਈਸ ਸਪੋਟ ਬੋਏ ਸਪੋਟ ਬੋਏ। ਸਾਰੇ ਰੈਡੀ ਹੋ ਗਏ ਨਾ ਹੁਣ ਤਾਂ, ਇੱਕ ਅੱਧਾ ਜਣਾ ਰਹਿ ਗਿਆ। ਹਾਂ ਇੱਕ ਜਣਾ ਰਹਿ ਗਿਆ। ਇਹ ਆ ਸਿਚੁਏਸ਼ਨ। ਹਰੇ ਆਪਕੀ ਸ਼ੋਪਿੰਗ ਹੋਈ ਨਹੀਂ? ਸਾਡੀ ਰਾਈਡ ਹਰਿਆਣਵੀ ਗਰਲਸ ਲਾ ਲਿਆ, ਹਰਿਆਣਵੀ ਗਰਲ ਲੈਟਸ ਗੋ, ਹਰਿਆਣਵੀ ਗਰਲਸ ਜਿਹੜਾ ਮਰਜ਼ੀ ਲਾ ਦੋ। ਸੋ ਅਸੀਂ ਆ ਗਏ ਆ ਵੈਨਿਊ। Are you guys excited? Excited. But nervous as well. ਹੋਰ ਕੁੜੀਆਂ ਵੀ ਪਹੁੰਚ ਚੁੱਕੀਆਂ ਨੇ। Hello. Good, how are you? Thank you so much. ਪਹੁੰਚ ਗਏ, ਆਪਾਂ ਹੀ ਪਹੁੰਚੇ ਅਜੇ। ਓਕੇ ਮੰਮੀ ਹੋ ਗਏ ਰੈਡੀ? ਸੋ ਗਾਇਸ ਹੁਣ ਅਸੀਂ ਚੱਲੇ ਆ ਕਿਰਤ ਦੇ ਇਵੈਂਟ ਤੇ, ਤੇ ਮੰਮੀ ਨੇ ਪਾਇਆ ਕਲਰ ਦਾ ਸੂਟ, ਡੈਡੀ ਮੈਚਿੰਗ ਕਰਕੇ ਨਿਕਲਾਂਗੇ ਪੱਕਾ। ਮੰਮੀ ਨੇ ਕਿਹਾ ਵੀ ਮੈਚਿੰਗ ਪੱਗ ਬੰਨ ਕੇ ਆਇਓ। ਅੱਛਾ ਜੀ ਮੈਂ ਪਾਇਆ ਬਲੈਕ ਆਊਟਫਿਟ, ਆਲ ਬਲੈਕ। ਹੁਣ ਸਾਰਿਆਂ ਦੀ ਰਿਹਰਸਲ ਹੋ ਰਹੀ ਆ ਦੁਬਾਰਾ, ਦੇਖੋ ਕੀ ਬਣਦਾ। ਮੈਨੂੰ ਏਦਾਂ ਲੱਗ ਰਿਹਾ ਮੈਂ ਡਿੱਗੂੰਗੀ। ਚਲੋ ਆਲ ਦਾ ਪ੍ਰੀਟੀ ਲੇਡੀਜ਼ ਆਰ ਰੈਡੀ। ਟਰਨ ਆ ਗਈ ਹਾਂਜੀ। ਛੋਰੀ ਕਿਸ ਤਰ੍ਹਾਂ? ਕਿਸ ਤਰ੍ਹਾਂ ਨਾ? ਮੈਂ ਵੀ ਬੜੀਆ। ਥੱਕ ਗਏ ਨਾ? ਹਰਿਆਣਵੀ ਚ ਬੋਲੋ ਥੱਕ ਗਏ, ਥੱਕ ਗਏ ਜਮੀ। ਘਾਟਾ ਸ਼ੋ ਕਰਨ ਦਾ ਏਡਾ ਵੱਡਾ ਘਾਟਾ। ਆਜ ਆਪ
ਵਲੌਗਸ ਦੇਖੋਗੇ। ਓਕੇ ਵੀ ਲਵ ਟੂ ਸੀ ਯੂ। ਆਈ ਡੋਨਟ ਥਿੰਕ ਸੋ ਬਟ ਮੇ ਬੀ ਅਗਰ ਕਿਸੇ ਕੋ ਮੈਂ ਪਸੰਦ ਆ ਰਹੀ ਤਾਂ ਫਿਰ ਵਾਈ ਨਾਟ। ਦਿੱਲੀ ਦੀ ਕੁੜੀ ਏਦਾਂ ਲੁੱਕ ਲੁੱਕ ਕੇ ਬਾਹਰ ਦੇਖਿਆ ਜਾ ਰਿਹਾ। ਸਾਡੀ ਗੁੱਡੀ ਸਾਨੂੰ ਗਾਣਾ ਸੁਣਾਉਣ ਲੱਗੀ ਆ ਗਾਈਸ। ਨੀਚੇ ਵੀ ਇੱਕ ਚੱਲ ਰਿਹਾ ਕਨਸਰਟ ਤੇ ਉਰੇ ਵੀ ਚੱਲੂਗਾ। ਚਲੋ ਮੈਂ ਗਾਣਾ ਸੁਣਾਉਂਦੀ ਆ, ਠੀਕ ਹੈ? ਓਕੇ ਆਈ ਐਮ ਬਾਈ ਦ ਵੇ ਸਿੰਗਿੰਗ ਤੇਰੇ ਹਵਾਲੇ ਫਰਮ ਲਾਲ ਸਿੰਘ ਚੱਡਾ। ਓਕੇ ਦੈਟਸ ਮਾਈ ਕਰੰਟ ਫੇਵਰਿਟ ਸੌਂਗ। ਓਕੇ ਓਕੇ ਸੋ ਆਮ ਗੋਇੰ ਟੂ ਸਿੰਗ ਦੈਟ। ਗੋ ਔਨ ਤੇਰੇ ਹਵਾਲੇ ਕਰਦੇ ਆ ਜਿਸਮ ਕਾ ਅਸੀਂ ਸਾਰੇ ਵੇਟ ਕਰ ਰਹੇ ਕਦੋਂ ਦੇ ਹਨਾ। ਹਾਂ ਅਸੀਂ ਸਵੇਰੇ 8 ਵਜੇ ਦੇ ਕਈ ਮਤਲਬ ਹਾਂ ਜਿਹੜੇ ਦੂਰੋਂ ਆਏ ਆ ਉਹ ਤਾਂ ਕਦੋਂ ਦੇ ਨਿਕਲੇ ਹੋਏ ਆ। ਸੀ ਦ ਹਾਈਪ ਐਨਰਜੀ ਲਿਆਉਂਦੀ ਆਪਣਾ ਰਾਈਟ। ਓਕੇ ਸੋ ਫਾਈਨਲੀ ਸਾਡੀ ਵਾਕ ਸ਼ੁਰੂ ਹੋਣ ਜਾ ਰਹੀ ਹੈ। Thank you.
Guys, please ask everyone to be quiet, please. Just a humble request, please be quiet. Thank you. ਇਹਨੂੰ ਭੁੱਖ ਲੱਗੀ ਆ ਕਿਉਂ ਤੈਨੂੰ ਲੱਗਿਆ ਸੀ ਅਸੀਂ ਆਵਾਂਗੇ ਨਹੀਂ ਕਿ ਮੈਨੂੰ ਏਦਾਂ ਸੀ ਨਾ ਵੀ ਤੇਰਾ ਪਹਿਲਾ ਇਵੈਂਟ ਆ ਤੇ ਪਹਿਲਾ ਵੈਸੇ ਤਾਂ ਗਾਇਸ ਕੀਰਤ ਕਰਦੀ ਨਹੀਂ ਹੁੰਦੀ ਰੈਂਪ ਵਾਕ ਬਟ ਦੀਦੀ ਬਹੁਤ ਨਾਈਸ ਨੇ ਇੰਟਰੈਂਟਸ ਵਾਲੇ ਇੰਟਰੈਂਟਸ ਵਾਲੇ ਸੁਖਜੀਤ ਦੀਦੀ ਬਹੁਤ ਜ਼ਿਆਦਾ ਨਾਈਸ ਨੇ ਉਹਨਾਂ ਨੇ ਮੈਨੂੰ ਇੰਨਾ ਵੱਡਾ ਮੌਕਾ ਦਿੱਤਾ ਹਨਾ ਫਸਟ ਟਾਈਮ ਰੈਂਪ ਵਾਕ ਕਰਨੀ ਸੀ ਉਹ ਵੀ ਐਜ਼ ਅ ਹਾਂ ਜੈ ਇੰਟਰੈਂਟ ਉਹ ਵੀ ਐਜ਼ ਅ ਸ਼ੋਅ ਸਟਾਪਰ ਮਤਲਬ ਮੇਰੇ ਲਈ ਬਹੁਤ ਵੱਡੀ ਗੱਲ ਆ ਤੇ ਉਹਨਾਂ ਨੇ ਮੇਰੇ ਤੇ ਇੰਨਾ ਟਰਸਟ ਕੀਤਾ ਕਿ ਪਹਿਲਾ ਹੀ ਰੈਂਪ ਵਾਕ ਤੇ ਪਹਿਲੇ ਸ਼ੋਅ ਸਟਾਪਰ ਸੋ ਆਮ ਵੈਰੀ ਬਲੈਸਡ ਮੰਮਾ ਪਾਪਾ ਇੰਦਰ ਮੈਂ ਇੰਦਰ ਨੂੰ ਕਿਹਾ ਸੀ ਮੈਂ ਕਿਹਾ ਯਾਰ ਕੋਈ ਨਾ ਵੀ ਇਟਸ ਓਕੇ ਕਾਫੀ ਐਕਸਪੈਂਸਿਵ ਆ ਟਿਕਟਾਂ ਤੁਸੀਂ ਰਹਿਣ ਦਿਓ ਇੰਦਰ ਕਹਿੰਦੇ ਵੈਸੇ ਵੀ ਤਾਂ ਖਰਚਦੇ ਆ ਵੀ ਤੇਰੇ ਇੰਨੇ ਸਪੈਸ਼ਲ ਉਹਦੇ ਤੇ ਕਿਉਂ ਨੀ ਆਵਾਂਗੇ ਹਨਾ ਇਵੈਂਟ ਤੇ ਤੁਹਾਡੇ ਤੇ ਹੋਣ ਨਾਲ ਜਿਹੜਾ ਮੈਨੂੰ ਹੌਸਲਾ ਮਿਲਿਆ ਨਾ ਮੇਰਾ ਉਹ ਹੈ ਇੰਦਰ ਨੇ ਅੰਨਿਆ ਕੂਕਾ ਛੱਡ ਕੇ ਅੱਗੇ ਅੱਗੇ ਹੋ ਕੇ ਵੀ ਬੈਠੇ ਆ ਅਸੀਂ ਵੀ ਖੜੇ ਹੋ ਗਏ ਫਿਰ ਇਹ ਕੰਮ ਸੁਰਿੰਦਰ ਕਰ ਦਿੰਦਾ ਵਾ ਚਲੋ ਚਲੋ ਨਹੀਂ ਯਾਰ ਮੈਨੂੰ ਨਹੀਂ ਆ ਰਿਹਾ ਮੈਂ ਕਰਾਂ ਐ ਰੱਖ ਲਓ ਮੇਰੇ ਹੱਥੋਂ ਨਾ ਕੱਢ ਦੇ ਡੈਡੀ ਕਹਿੰਦਾ ਸਿੰਦਰ ਕੌਰ ਨੂੰ ਬਾਬੇ ਕਿੰਨੂ ਕਿੰਨੀਆਂ ਇੱਕ ਪਿੰਨ ਪਾਈਆਂ ਇਹਨੇ ਤੇ ਸਿਰ ਚ ਕਿੰਨੀਆਂ ਨਿਕਲ ਗਿਆ ਮਾਈ ਗੋਡ ਹਰੀ ਵੀ ਭਰਿਆ ਪਿਆ ਸਰ ਦੂਜੀ ਨਹੀਂ ਸੱਚੀ ਇਹ ਚੁਬਦੇ ਆ ਯਾਰ ਕਦੇ ਬਹੁਤ ਸਵੀਟ ਕੁੜੀਆਂ ਸੀ ਆ ਦੇਖ ਲੈ ਕਿੰਨੀ ਬਿੰਗੀਆਂ ਕਈ ਵਾਰੀ ਨਾ ਹਾਂ ਆਪਾਂ ਇਕੱਠੇ ਕੰਮ ਕਰਦੇ ਆ ਕਈ ਵਾਰੀ ਕਿਸੇ ਕੁੜੀ ਨੂੰ ਐਵੇਂ ਵਿੱਚੋਂ ਵਿੱਚ ਦੀ ਹੁੰਦੇ ਆ ਲੋਕ ਇਹ ਜੇ ਵੀ ਕੋਈ ਮਤਲਬ ਕਿ ਮਾੜੀ ਮੋਟੀ ਵੀ ਇਸ਼ੂ ਕ੍ਰੀਏਟ ਕਰਨ ਲਾ ਜਾਂਦਾ ਬਟ ਅੱਜ ਕੋਈ ਵੀ ਇੱਕ ਕੁੜੀ ਵੀ ਏਦਾਂ ਨਹੀਂ ਸੀ ਜਿਹਨੇ ਕੋਈ ਇਸ਼ੂ ਕ੍ਰੀਏਟ ਕੀਤਾ ਹੋਵੇ ਜਾਂ ਕੁਛ ਵੀ ਬੜੀ ਸਵੀਟ ਸੀ ਸਾਰੇ